ਬਰਨਾਲਾ 'ਚ ਝੋਨੇ ਦੀ ਪਰਾਲੀ ਸਾੜਨ ਕਾਰਨ ਆਸਮਾਨ ਵਿੱਚ ਧੂੰਏ ਦੀ ਚਾਦਰ ਫੈਲੀ ਹੋਈ ਹੈ, ਜਿਸ ਕਾਰਨ 2 ਅਤੇ 3 ਨਵੰਬਰ ਦੀ ਦਰਮਿਆਨੀ ਰਾਹ 3 ਥਾਵਾਂ 'ਤੇ ਵਾਪਰੇ ਹਾਦਸਿਆਂ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਲੁਧਿਆਣਾ ਅਤੇ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਪਹਿਲਾ ਹਾਦਸਾ ਸੇਖਾ ਰੋਡ 'ਤੇ ਦੇਰ ਰਾਤ ਵਾਪਰਿਆ, ਜਿੱਥੇ ਇੱਕ ਇਨੋਵਾ ਗੱਡੀ ਅਤੇ ਟਾਟਾ 407 ਨਾਲ ਭਿਆਨਕ ਟੱਕਰ ਹੋ ਗਈ, ਜਿਸ 'ਚ ਇੱਕ ਬੱਚੇ ਸਮੇਤ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉੱਥੇ ਹੀ ਦੂਜਾ ਹਾਦਸਾ ਬਰਨਾਲਾ ਦੀ ਸਬ ਜੇਲ੍ਹ ਦੇ ਨੇੜੇ ਵਾਪਰਿਆ, ਜਿਸ 'ਚ ਤਕਰੀਬਨ 2 ਲੋਕ ਜ਼ਖਮੀ ਹੋ ਗਏ। ਤੀਜਾ ਹਾਦਸਾ ਪੱਤੀ ਰੋਡ 'ਤੇ ਵਾਪਰਿਆ, ਜਿੱਥੇ ਇੱਕ ਮੋਟਰਸਾਈਕਲ ਸਵਾਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹਨਾਂ ਹਾਦਸਿਆਂ ਦੀ ਸੂਚਨਾ ਮਿਲਦੇ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ 'ਚ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਧੂੰਏ ਦੇ ਕਾਰਨ ਹੀ ਹੋਇਆ ਜੀ। ਆਪਣੇ ਜਖਨਾ ਰੋਡ 'ਤੇ ਜਿਹੜਾ ਨਵਾਂ ਰੋਡ ਬਣਿਆ, ਇਹਦੇ 'ਤੇ ਐਕਸੀਡੈਂਟ ਹੋਇਆ। ਧੂੰਏ ਦੀ ਵਜ੍ਹਾ ਨਹੀਂ ਹੋਇਆ ਜੀ, ਗ੍ਰਿਫਤਾਰ ਕਰਾਂਗੇ। ਬਿਊਰੋ ਰਿਪੋਰਟ, ਬੁਲਾਨ ਨਿਊਜ਼।